ਡੋਲੀ ਨੂੰ ਫੋਲੋ ਕਰੀ ਜਾਊਂਗਾ ਐਦਾਂ ਕਰ ਕਰਕੇ ਬਾਈ ਜੀ ਤੁਸੀਂ ਉਹਨੂੰ ਭਾਵੇਂ ਜਿੰਨੀ ਮਰਜ਼ੀ ਦੂਰ ਲੈ ਜਾਓ ਠੀਕ ਆ ਹੁਣ ਮੈਂ ਦੇਖੋ ਇਹਨੂੰ ਦੁਬਾਰਾ ਸਿੱਧਾ ਕਰ ਲਿਆ ਹਾਂਜੀ ਬਾਈ ਜੀ ਕਿੱਦਾਂ ਜੀ ਕੀ ਹਾਲ ਚਾਲ ਆਈ ਹੋਪ ਕਿ ਤੁਸੀਂ ਸਾਰੇ ਹੋਵੋਗੇ ਠੀਕ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਅੱਜ ਦੀ ਜਿਹੜੀ ਮੇਰੀ ਵੀਡੀਓ ਆ ਬਾਈ ਇਹ ਮੈਂ ਬਣਾਉਣ ਲੱਗਾ ਹਾਂ ਵੀ ਇਹ ਜਿਹੜੀ ਯੂਨਿਟ ਹੈ ਆਪਣੀ ਟਰੱਕ ਐਂਡ ਟ੍ਰੇਲਰ ਦੀ ਮੈਨੂੰ ਰਿਵਰਸ ਕਿੱਦਾਂ ਕਰਦੇ ਆ ਹੈ ਨਾ ਇਹ ਹੈਗੀ ਆ 9XL ਯੂਨਿਟ ਯਾਨੀ ਕਿ 4XL ਟਰੱਕ 'ਚ ਅਤੇ 5XL ਟ੍ਰੇਲਰ 'ਚ ਇਹ 9XL ਯੂਨਿਟ ਆ ਅਤੇ ਇਹਦਾ ਸਿਸਟਮ ਇੱਦਾਂ ਹੈ ਵੀ ਇਹਦੇ 'ਚ ਹੁੰਦੇ ਆ ਦੋ ਟਰਨਿੰਗ ਪੁਆਇੰਟ ਇਹ ਹੈਗੀ ਆਪਣੀ ਯੂਨਿਟ ਹੈ ਨਾ ਇਹਦੇ 'ਚ ਹੈਗੇ ਦੋ ਟਰਨਿੰਗ ਪੁਆਇੰਟ ਇੱਕ ਤਾਂ ਹੋ ਗਿਆ ਟਰੱਕ ਦਾ ਇੱਕ ਹੈ ਡੋਲੀ ਇਹ ਘੁੰਮਦੀ ਆ ਠੀਕ ਆ ਜਦੋਂ ਇਹ ਘੁੰਮਦੀ ਆ ਉਹਦੇ ਨਾਲ ਫਿਰ ਟ੍ਰੇਲਰ ਘੁੰਮਦਾ ਆਪਣਾ ਤਾਂ ਸਾਡੇ ਕੋਲ ਦੋ ਟਰਨਿੰਗ ਪੁਆਇੰਟ ਹੈ ਇੱਥੇ ਇਹ ਟਰੱਕ ਐਂਡ ਟ੍ਰੇਲਰ ਦਾ ਅਤੇ ਬੀ ਟ੍ਰੇਨ ਦਾ ਸਿਮਿਲਰ ਬਾਈ ਕਨਸੈਪਟ ਹੁੰਦਾ ਆ ਰਿਵਰਸ ਕਰਨ ਦਾ ਕਿਉਂਕਿ ਜਦੋਂ ਜਿੱਦਾਂ ਤੁਹਾਨੂੰ ਮੈਂ ਇੱਕ ਸਿੰਪਲ ਜੀ ਮੈਂ ਦੇ ਦੇਵਾਂ ਇਗਜ਼ੈਂਪਲ ਤਾਂ ਇਹ ਆ ਵੀ ਇੱਕ ਟਰੈਕਟਰ ਪਿੱਛੇ ਦੋ ਟਰਾਲੀਆਂ ਹੈ ਨਾ ਜਿੱਦਾਂ ਉਹ ਰਿਵਰਸ ਹੋਣਗੀਆਂ ਉੱਦਾਂ ਹੀ ਇਹ ਯੂਨਿਟ ਰਿਵਰਸ ਹੁੰਦੀ ਆ ਠੀਕ ਆ ਪਹਿਲਾਂ ਤੁਹਾਡਾ ਟਰੱਕ ਘੁੰਮਣਾ ਆ ਟਰੱਕ ਦੇ ਨਾਲ ਤੁਹਾਡੀ ਡੋਲੀ ਘੁੰਮਣੀ ਆ ਡੋਲੀ ਦੇ ਨਾਲ ਫਿਰ ਤੁਹਾਡਾ ਟ੍ਰੇਲਰ ਘੁੰਮਣਾ ਆ ਇੱਦਾਂ ਹੀ ਹੁੰਦਾ ਬੀ ਟ੍ਰੇਨ 'ਚ ਬੀ ਟ੍ਰੇਨ 'ਚ ਕਿੱਦਾਂ ਹੁੰਦਾ ਤੁਹਾਡਾ ਇੱਕ ਘੋੜਾ ਹੁੰਦਾ ਆ ਹੈ ਜਿੱਦਾਂ ਇਹ ਖੜਾ ਦੇਖੋ ਇਹ ਹੈਗਾ ਘੋੜਾ ਹੈ ਨਾ ਬੀ ਟ੍ਰੇਨ ਕਿੱਥੇ ਆ ਬੀ ਟ੍ਰੇਨ ਉੱਧਰ ਖੜੀ ਆ ਦਿਖਾਉਣਾ ਉਹਨੂੰ ਉਹ ਵੀ ਦਿਖਾਉਣਾ ਤੁਹਾਨੂੰ ਇੱਕ ਸੈਕਿੰਡ ਉਹ ਦੇਖੋ ਖੜੀ ਨਾ ਉਹ ਹੈਗੀ ਹੈ ਬੀ ਟ੍ਰੇਨ ਜਿੱਦਾਂ ਇਹ ਹੈਗੀ ਹੈ ਬੀ ਟ੍ਰੇਨ ਇਹਦੇ 'ਚ ਕੀ ਹੁੰਦਾ ਇਹਦੇ ਘੋੜਾ ਅਲੱਗ ਹੁੰਦਾ ਆ ਘੋੜੇ ਦੇ ਨਾਲ ਫਿਰ ਟ੍ਰੇਲਰ ਫਿਰ ਦੂਜਾ ਟ੍ਰੇਲਰ ਠੀਕ ਹੈ ਨਾ ਇਹ ਵੀ ਦੋ ਟਰਨਿੰਗ ਪੁਆਇੰਟ ਇਹਦੇ 'ਚ ਵੀ ਟਰੱਕ ਟ੍ਰੇਲਰ ਉਸ ਦੇ ਨਾਲ ਤੁਹਾਡਾ ਫਿਰ ਦੂਜਾ ਟ੍ਰੇਲਰ ਘੁੰਮਣਾ ਆ ਪਹਿਲਾਂ ਇਹਦੇ 'ਚ ਟਰੱਕ ਘੁੰਮਣਾ ਜਿਹੜੀ ਉਹਦੇ 'ਚ ਡੋਲੀ ਆ ਉਹਦਾ ਕੰਮ ਕਰਦਾ ਜੇ ਫਸਟ ਟ੍ਰੇਲਰ ਤਾਂ ਉਸ 'ਤੇ ਉਹਦੇ ਨਾਲ ਫਿਰ ਘੁੰਮਦਾ ਦੂਜਾ ਟ੍ਰੇਲਰ ਹੈ ਨਾ ਇਹਦਾ ਅਤੇ ਟਰੱਕ ਐਂਡ ਟ੍ਰੇਲਰ ਦਾ ਸੇਮ ਬਾਈ ਜੀ ਇਹਨਾਂ ਦਾ ਸੇਮ ਕਨਸੈਪਟ ਆ ਜੇ ਤੁਹਾਨੂੰ ਬੀ ਟ੍ਰੇਨ ਦੀ ਰਿਵਰਸ ਲਾਉਣੀ ਆ ਗਈ ਤੁਸੀਂ ਟਰੱਕ ਐਂਡ ਟ੍ਰੇਲਰ ਵੀ ਲਾ ਲੈਣਾ ਹੈ ਜੇ ਤੁਹਾਨੂੰ ਟਰੱਕ ਐਂਡ ਟ੍ਰੇਲਰ ਆਉਂਦਾ ਤੁਸੀਂ ਬੀ ਟ੍ਰੇਨ ਵੀ ਲਾ ਲੈਣੀ ਆ ਸਿਰਫ ਗੱਲ ਇੰਨੀ ਆ ਕਿ ਟਰੱਕ ਐਂਡ ਟ੍ਰੇਲਰ 'ਚ ਤੁਹਾਡੇ ਕੱਟ ਜਦੋਂ ਤੁਸੀਂ ਰਿਵਰਸ ਜਾਂਦੇ ਹੋ ਕੱਟ ਮਾਰਦੇ ਹੋ ਹੈ ਨਾ ਕੱਟ ਮਾਰਦੇ ਹੋਏ ਤੁਹਾਡੇ ਕੱਟ ਹੁੰਦੇ ਆ ਨਿੱਕੇ ਅਤੇ ਬੀ ਟ੍ਰੇਨ 'ਚ ਇਹ ਤੁਹਾਡੇ ਕੱਟ ਵੱਡੇ ਮਾਰਨੇ ਪੈਂਦੇ ਆ ਅਤੇ ਫਾਸਟ ਮਾਰਨੇ ਪੈਂਦੇ ਆ ਕਿਉਂਕਿ ਪੂਰਾ ਦਾ ਪੂਰਾ ਜਦੋਂ ਤੁਹਾਡਾ ਏ ਟ੍ਰੇਲਰ ਘੁੰਮਦਾ ਆ ਉਹਦੇ ਨਾਲ ਫਿਰ ਇਹ ਰਿਵਰਸ ਹੁੰਦੀ ਆ ਅਤੇ ਜਿੱਦਾਂ ਜੇ ਮੈਂ ਟਰੱਕ ਐਂਡ ਟ੍ਰੇਲਰ ਮੈਂ ਡੇਲੀ ਚਲਾਉਂਦਾ ਹਾਂ ਜੇ ਇਸ ਨੂੰ ਮੈਂ ਫਸਟ ਟਾਈਮ ਕਿਤੇ ਰਿਵਰਸ ਲਾ ਦੂੰਗਾ ਫਸਟ ਟਾਈਮ 'ਚ ਤਾਂ ਬੀ ਟ੍ਰੇਨ ਨੂੰ ਸ਼ਾਇਦ ਮੈਂ ਦੂਜੀ ਜਾਂ ਤੀਜੀ ਵਾਰੀ ਚਲਾ ਦੂੰਗਾ ਜਾਂ ਚੌਥੀ ਵਾਰੀ 'ਚ ਚਲੋ 5 ਲਾ ਲਓ ਠੀਕ ਜੀ ਕਿਉਂਕਿ ਬੀ ਟ੍ਰੇਨ ਮੈਂ ਨਹੀਂ ਚਲਾਉਂਦਾ ਨੀਗਾ ਉਹਨੂੰ ਮੈਂ ਹਫ਼ਤੇ 'ਚ ਇੱਕ ਵਾਰ ਜਾਂ ਦੋ ਹਫ਼ਤੇ 'ਚ ਇੱਕ ਵਾਰ ਚਲਾਉਂਦਾ ਹਾਂ ਮੇਨ ਮੇਰੇ ਕੋਲ ਟਰੱਕ ਐਂਡ ਟ੍ਰੇਲਰ ਯੂਨਿਟ ਹੁੰਦੀ ਆ ਆਪਣੀ ਇਹੀ ਚਲਾਉਂਦਾ ਮੈਂ ਅਤੇ ਇਹਨੂੰ ਅਤੇ ਬੀ ਟ੍ਰੇਨ ਨੂੰ ਰਿਵਰਸ ਕਰਨ ਦਾ ਬਾਈ ਸੇਮ ਕਨਸੈਪਟ ਆ ਹੁਣ ਤੁਹਾਨੂੰ ਮੈਂ ਅੰਦਰੋਂ ਦਿਖਾਉਂਦਾ ਹਾਂ ਠੀਕ ਆ ਮੈਂ ਰਿਵਰਸ ਕਰੂੰਗਾ ਇਹਨੂੰ ਉਦੋਂ ਵਿਖਾਉਂਦਾ ਵੀ ਕਿੱਦਾਂ ਦਾ ਅੰਦਰੋਂ ਦਿਸਦਾ ਆ ਜਦੋਂ ਇਹਦਾ ਸਿੰਪਲ ਜੀ ਗੱਲ ਇੱਕ ਹੋਰ ਦੱਸ ਦੇਵਾਂ ਜਦੋਂ ਤੁਸੀਂ ਟ੍ਰੇਲਰ ਨੂੰ ਇਹਦੀ ਮੈਂ ਗੱਲ ਤੁਹਾਨੂੰ ਇੱਕ ਹੋਰ ਦੱਸ ਦੇਵਾਂ ਮੰਨ ਲਓ ਇਹ ਸੈਮੀ ਵਾਂਗੂ ਨਹੀਂ ਚੱਲਦਾ ਹੈ ਨਾ ਸੈਮੀ ਹੁੰਦਾ ਜਿਹੜਾ ਇਹ ਸੈਮੀ ਆ ਅਤੇ ਸੈਮੀ ਬਹੁਤ ਆਸਾਨ ਹੁੰਦਾ ਰਿਵਰਸ ਕਰਨਾ ਉਹਨੂੰ ਟਰੈਕਟਰ ਟਰਾਲੀ ਵਾਂਗੂ ਚੱਲਦਾ ਉਹ ਵੀ ਤੁਸੀਂ ਟ੍ਰੇਲਰ ਲੈਫਟ ਲੈ ਕੇ ਜਾਣਾ ਤਾਂ ਟਰੈਕ ਨੂੰ ਰਾਈਟ ਮੋੜ ਦਿਉ ਹੈ ਨਾ ਓਪੋਜ਼ਿਟ ਚੱਲਦਾ ਆ ਉਹ ਥੋੜ੍ਹਾ ਸੌਖਾ ਹੁੰਦਾ ਆ ਕਿਉਂਕਿ ਉਹਦੇ 'ਚ ਸਿਰਫ ਇੱਕ ਟਰਨਿੰਗ ਪੁਆਇੰਟ ਹੁੰਦਾ ਇਹਦੇ ਦੋ ਹੁੰਦੇ ਆ ਤਾਂ ਇਹਦੇ 'ਚ ਕੀ ਕਰਨਾ ਹੁੰਦਾ ਜੇ ਤੁਸੀਂ ਟ੍ਰੇਲਰ ਨੂੰ ਰਾਈਟ ਲੈ ਕੇ ਜਾਣਾ ਨਾ ਤਾਂ ਤੁਹਾਡਾ ਟਰੱਕ ਵੀ ਰਾਈਟ ਹੀ ਮੁੜਨਾ ਆ ਬੀ ਟ੍ਰੇਨ 'ਚ ਵੀ ਇੱਦਾਂ ਹੀ ਜੇ ਤੁਹਾਡੀ ਤੁਸੀਂ ਆਪਣੇ ਟ੍ਰੇਲਰ ਨੂੰ ਰਾਈਟ ਲੈ ਕੇ ਜਾਣਾ ਤਾਂ ਤੁਹਾਡਾ ਟਰੱਕ ਵੀ ਰਾਈਟ ਹੀ ਮੁੜਨਾ ਆ ਤਾਂ ਫਿਰ ਉਹਦੇ ਨਾਲ ਤੁਹਾਡੀ ਡੋਲੀ ਲੈਫਟ ਘੁੰਮਣੀ ਆ ਅਤੇ ਟ੍ਰੇਲਰ ਰਾਈਟ ਘੁੰਮਣਾ ਆ ਇਸ ਹਿਸਾਬ ਨਾਲ ਥੋੜ੍ਹਾ ਕੋਂਬੀਨੇਸ਼ਨ ਜਿਹਾ ਬਣਦਾ ਆ ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਅੰਦਰੋਂ ਵੀ ਕਿੱਦਾਂ ਇਹ ਸ਼ੀਸ਼ੇ 'ਚ ਕਿੱਦਾਂ ਜਿੱਦਾਂ ਸ਼ੋਅ ਹੁੰਦਾ ਹੈ ਨਾ ਫਿਰ ਮੈਂ ਬਾਹਰੋਂ ਰੱਖ ਕੇ ਸ਼ਾਇਦ ਇੱਕ ਮੈਂ ਵੀਡੀਓ ਬਾਹਰੋਂ ਬਣਾ ਦੂੰਗਾ ਅਤੇ ਦਿਖਾਉਂਦਾ ਹੁਣ ਤੁਹਾਨੂੰ ਇੱਦਾਂ ਰਿਵਰਸ ਹੁੰਦਾ ਬਾਈ ਹੌਲੀ ਹੌਲੀ ਜਿੱਦਾਂ ਜਾਈ ਚੱਲੋ ਅਤੇ ਆਪਣੀ ਡੋਲੀ ਨੂੰ ਸਿੱਧਾ ਰੱਖੋ ਜਿੰਨੀ ਤੁਹਾਡੀ ਡੋਲੀ ਸਿੱਧੀ ਰਹਿਣੀ ਆ ਟਰੱਕ ਦੇ ਪਿੱਛੇ ਉਹਨਾਂ ਟ੍ਰੇਲਰ ਵਧੀਆ ਪਿੱਛੇ ਜਾਣਾ ਆ ਹੁਣ ਮੈਂ ਬਿਲਕੁਲ ਸਿੱਧਾ ਲੈ ਜਾਣਾ ਇਹਨੂੰ ਜੇ ਮੈਂ ਇਹਨੂੰ ਮੰਨ ਲਓ ਰਾਈਟ ਲੈ ਕੇ ਜਾਣਾ ਆਪਣੇ ਟ੍ਰੇਲਰ ਨੂੰ ਹੈ ਨਾ ਮੈਂ ਟਰੱਕ ਨੂੰ ਰਾਈਟ ਮੋੜ ਦੂੰਗਾ ਹੁਣ ਤੁਹਾਡੀ ਬਲਾਈਂਡ ਸਪੋਟ ਹੋ ਗਈ ਨਾ ਇਹਨੀ ਡੋਲੀ ਤੁਹਾਡੀ ਲੈਫਟ ਘੁੰਮ ਗਈ ਉਹ ਜਾਣ ਲੱਗ ਪਿਆ ਦੇਖੋ ਰਾਈਟ ਨੂੰ ਜਾਣ ਲੱਗ ਪਿਆ ਟ੍ਰੇਲਰ ਹੈ ਨਾ ਹੁਣ ਜੇ ਮੈਂ ਇਹਨੂੰ ਲੈਫਟ ਲੈ ਕੇ ਜਾਣਾ ਤਾਂ ਮੈਂ ਥੋੜ੍ਹਾ ਲੈਫਟ ਘੁੰਮਾ ਦੂੰਗਾ ਡੋਲੀ ਮੇਰੀ ਰਾਈਟ ਘੁੰਮ ਗਈ ਆ ਅਤੇ ਹੁਣ ਮੈਂ ਇਹਨੂੰ ਫੋਲੋ ਕਰੂੰਗਾ ਬਸ ਇਹਨੂੰ ਮੈਂ ਡੋਲੀ ਨੂੰ ਫੋਲੋ ਕਰੀ ਜਾਊਂਗਾ ਇੱਦਾਂ ਕਰ ਕਰਕੇ ਬਾਈ ਜੀ ਤੁਸੀਂ ਉਹਨੂੰ ਭਾਵੇਂ ਜਿੰਨੀ ਮਰਜ਼ੀ ਦੂਰ ਲੈ ਜਾਓ ਠੀਕ ਆ ਹੁਣ ਮੈਂ ਦੇਖੋ ਇਹਨੂੰ ਦੁਬਾਰਾ ਸਿੱਧਾ ਕਰ ਲਿਆ ਇੱਦਾਂ ਕਰ ਕਰਕੇ ਤੁਸੀਂ ਇਹਨੂੰ ਜਿੰਨੀ ਮਰਜ਼ੀ ਦੂਰ ਤੱਕ ਲੈ ਜਾਓ ਉੱਥੇ ਤਾਂ ਕੀ ਚੱਲ ਜਾਣਾ ਇਹਨੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਬਸ ਆਪਣੇ ਦੋਵੇਂ ਮੀਰਰ 'ਚ ਧਿਆਨ ਰੱਖੋ ਵੀ ਤੁਹਾਡਾ ਟ੍ਰੇਲਰ ਕਿੱਧਰ ਜਾਂਦਾ ਆ ਕਿਉਂਕਿ ਕਈ ਵਾਰ ਬਲਾਈਂਡ ਸਪੋਟ ਹੀ ਬਣ ਜਾਂਦੀ ਹੈ ਕਿਸੇ ਥਾਂ 'ਤੇ ਨਾ ਇੱਦਾਂ ਕਰਕੇ ਬਾਈ ਦੇਖੋ ਬਿਲਕੁਲ ਸਿੱਧਾ ਜਾਈ ਜਾਂਦਾ ਆ
ਕੋਈ ਚੱਕਰ ਵਾਲੀ ਗੱਲ ਨਹੀਂ। ਐਦਾਂ ਕਰ ਕਰਕੇ ਤੁਸੀਂ ਜਿੱਥੇ ਮਰਜ਼ੀ ਤੱਕ ਲੈ ਜਾਓ ਉਹਨੂੰ, ਕੋਈ ਚੱਕਰ ਨਹੀਂ ਗਾ। ਦੇਖੋ ਬਿਲਕੁਲ ਸਿੱਧਾ ਜਾਈ ਜਾਂਦਾ। ਅਤੇ ਹੁਣ ਮੈਂ ਇਹਦੀ ਮੈਂ ਵੀਡੀਓ ਇੱਕ ਬਾਹਰ ਜਾ ਕੇ ਬਣਾਉਂਦਾ। ਇੱਦਾਂ ਕਰਕੇ ਬਾਈ ਤੁਸੀਂ ਆਪਣੀ ਜਿਹੜੀ ਯੂਨਿਟ ਆਏ ਹੈ ਨਾ ਟਰੈਕ ਐਂਡ ਟ੍ਰੇਲਰ ਦੀ, ਇੱਦਾਂ ਹੀ ਰਿਵਰਸ ਹੋ ਜਾਂਦੀ ਆ। ਆਸਾਨ ਹੀ ਆ ਵੈਸੇ, ਕੰਮ ਇੰਨਾ ਔਖਾ ਨਹੀਂ ਗਾ, ਪਰ ਕਰਨ 'ਤੇ ਹੀ ਯਾਰ ਪ੍ਰੈਕਟਿਸ ਹੀ ਆ। ਜਦੋਂ ਤੁਸੀਂ ਪ੍ਰੈਕਟਿਸ ਕਰਦੇ ਕਿਸੇ ਚੀਜ਼ ਦੀ, ਆਪੇ ਤੁਸੀਂ ਪਰਫੈਕਟ ਹੋ ਜਾਂਦੇ ਉਸ ਚੀਜ਼ 'ਚ। ਭੁੱਲ ਜਾ, ਤੈਨੂੰ ਕਿਉਂ ਗਿਆ ਹੁਣ, ਚਾਬੀ ਵੀ ਹੈਗੀ ਨਹੀਂ ਅੰਦਰ, ਹੈਗੀ ਤਾਂ ਹੈ, ਖੁੱਲਦੀ ਕਿਉਂ ਨਹੀਂ ਫਿਰ, ਨਖਰੇ ਜੇ ਕਰੀ ਜਾਂਦੀ। ਹਾਂ ਹਾਂ ਖੁੱਲ ਗਈ ਬਾਈ, ਚਲੋ ਇਹਨੂੰ ਕਰੋ ਠੀਕ ਹੈ। ਅਤੇ ਜਦੋਂ ਬਾਈ ਤੁਸੀਂ ਪ੍ਰੈਕਟਿਸ ਕਰਦੇ ਕਿਸੇ ਚੀਜ਼ ਦੀ, ਆਪੇ ਤੁਹਾਡਾ ਹੱਥ ਸੈੱਟ ਹੋ ਜਾਂਦਾ ਆ। ਜਦੋਂ ਮੈਂ ਪਹਿਲਾਂ ਇਸ 'ਤੇ ਇਹਨੂੰ ਚਲਾਉਣ ਲੱਗਾ ਸੀ, ਬਹੁਤ ਔਖ ਹੁੰਦੇ ਸੀ ਮੈਨੂੰ, ਅਤੇ ਬਟ ਮੈਂ 2-4 ਦਿਨਾਂ 'ਚ ਮੇਰਾ ਹੱਥ ਵਧੀਆ ਖੁੱਲ੍ਹ ਗਿਆ, ਕਿਉਂਕਿ ਮੈਨੂੰ ਜਿਹੜਾ ਲੋਡ ਦਿੰਦਾ ਸੀਗਾ ਡਿਸਪੈਚਰ, ਉਹਦੇ 'ਚ ਮੈਂ ਰਿਵਰਸ ਲਾਉਣਾ ਹੁੰਦਾ ਸੀ 5-7 ਵਾਰ ਦਿਨ 'ਚ, ਤਾਂ ਉੱਥੇ ਕਈ ਵਾਰ ਤਾਂ ਉਹ ਫਰਸਟ੍ਰੇਟ ਹੋ ਜਾਂਦੇ ਸੀ ਅਗਲੇ ਬੰਦੇ। ਬਟ ਇਹ ਆ ਵੀ ਉਹਦੇ ਨਾਲ ਮੇਰਾ ਹੱਥ ਖੁੱਲ੍ਹ ਗਿਆ ਪੂਰਾ, ਹੁਣ ਮੈਨੂੰ ਕੋਈ ਚੱਕਰ ਨਹੀਂ। ਜਿੱਥੇ ਮੰਨ ਲਓ ਬੇਹ ਬਣਿਆ ਹੋਵੇ ਮੰਨ ਲਓ, ਅਤੇ ਉੱਥੇ ਲਾਉਣਾ ਤਾਂ ਬਹੁਤ ਆਸਾਨ, ਕਿਉਂਕਿ ਤੁਹਾਨੂੰ ਪਤਾ ਹੁੰਦਾ ਕਿੱਥੇ ਤੁਸੀਂ ਲੈ ਕੇ ਜਾਣਾ ਟ੍ਰੇਲਰ ਨੂੰ, ਅਤੇ ਤੁਸੀਂ ਉਹਨੂੰ ਲਾਈਨਸ ਨੂੰ ਬਸ ਫੋਲੋ ਕਰਦੇ ਹੋ ਹੈ ਨਾ ਟ੍ਰੇਲਰ ਲੈ ਕੇ। ਜਿੱਥੇ ਬੇਹ ਨਹੀਂ ਬਣਿਆ ਹੁੰਦਾ ਉੱਥੇ ਵੀ ਕੀ ਕਰਨਾ, ਸਭ ਤੋਂ ਵਧੀਆ ਆਈਡੀਆ ਕੀ ਆ ਆਪਣਾ, ਇਹਨੂੰ ਨਾ ਪਹਿਲਾਂ ਸਿੱਧਾ ਕਰ ਲਓ, ਜਿੱਦਾਂ ਇਹ ਸਿੱਧਾ ਹੋ ਗਿਆ ਇੱਕ ਵਾਰ, ਫਿਰ ਇਹਨੂੰ ਸਿੱਧਾ ਲੈ ਕੇ ਜਾਣ ਦੀ ਕੋਸ਼ਿਸ਼। ਜੇ ਤੁਸੀਂ ਮੰਨ ਲਓ ਇੱਦਾਂ ਸੋਚੋਗੇ ਵੀ ਮੈਂ ਇਹਨੂੰ ਘੁਮਾ ਕੇ ਲਾ ਦੂੰਗਾ ਇੱਦਾਂ, ਉਹਦੇ ਨਾਲ ਤੁਹਾਡਾ ਬਈ ਟਾਈਮ ਬਹੁਤ ਜ਼ਿਆਦਾ ਵੇਸਟ ਹੋਣਾ ਆ। ਲਾ ਤਾਂ ਤੁਸੀਂ ਦਿਓਗੇ, ਐਂ ਲਾ ਹਰੀ ਕਰਿੰਦਾ ਕੋਈ ਚੱਕਰ ਨਹੀਂ, ਬਟ ਉਹਦੇ ਟਾਈਮ ਵੇਸਟ ਬਹੁਤ ਹੁੰਦਾ ਜੇ ਤੁਹਾਡੇ ਕੋਲ ਥਾਂ ਹੈਗੀ ਇਹਨੂੰ ਸਿੱਧਾ ਕਰਨ ਦੀ। ਤਾਂ ਬੈਸਟ ਵੇ ਇਹੀ ਆ ਬਾਈ ਵੀ ਇਹਨੂੰ ਸਿੱਧਾ ਕਰ ਲਓ ਪਹਿਲਾਂ, ਵੀ ਤੁਹਾਨੂੰ ਸ਼ੀਸ਼ਿਆਂ 'ਚੋਂ ਨਾ ਜਿਹੜਾ ਸਾਈਡ ਵਾਲਾ ਸ਼ੀਸ਼ਾ ਹੈ ਨਾ ਇੱਧਰ ਆ ਉੱਧਰ, ਤੁਹਾਨੂੰ ਏਮ ਦਿਸੇ ਤੁਹਾਡਾ ਵੀ ਜਿੱਦਾਂ ਇੱਦਾਂ ਇੱਥੋਂ ਤੁਸੀਂ ਦੇਖ ਰਹੇ ਹੋ ਨਾ, ਵੀ ਤੁਹਾਨੂੰ ਏਮ ਦਿਸੇ ਸਿੱਧਾ। ਜੇ ਤੁਹਾਨੂੰ ਏਮ ਦਿਸਣ ਲੱਗ ਪਿਆ ਇੱਥੋਂ, ਤਾਂ ਇਹ ਸੌਖਾ ਹੋ ਜਾਂਦਾ ਕੰਮ। ਉਹਦੇ ਨਾਲ ਕੀ ਆ ਵੀ ਤੁਹਾਨੂੰ ਟਾਰਗੇਟ ਆਪਣਾ ਦਿਸਦਾ ਰਹਿਣਾ ਆ, ਤਾਂ ਤੁਸੀਂ ਫਸਟ ਟ੍ਰੇਲਰ ਨੂੰ ਫੋਲੋ ਅਰਾਊਂਡ ਕਰੀ ਜਾਓ, ਅਤੇ ਟ੍ਰੇਲਰ ਨੇ ਆਪੇ ਪਹੁੰਚ ਜਾਣਾ ਉੱਥੇ, ਕੋਈ ਚੱਕਰ ਨਹੀਂ। ਬੀ ਟ੍ਰੇਨ ਦਾ ਬਈ ਸੇਮ ਆ ਸਿਸਟਮ, ਬੀ ਟ੍ਰੇਨ 'ਚ ਕਦੇ ਕਦੇ ਇੱਦਾਂ ਹੁੰਦਾ, ਬੀ ਟ੍ਰੇਨ 'ਚ ਕਦੇ ਕਦੇ ਨਾ ਬਲਾਈਂਡ ਸਪੋਟ ਹੋ ਜਾਂਦੀ, ਕਿਉਂਕਿ ਜਿਹੜਾ ਫਸਟ ਟ੍ਰੇਲਰ ਹੁੰਦਾ ਨਾ ਉਹ ਤੁਹਾਡੇ ਸ਼ੀਸ਼ਿਆਂ ਦੇ ਅੱਗੇ ਆ ਜਾਂਦਾ ਆ, ਉਹ 1 ਜਾਂ 2 ਸੈਕਿੰਡ ਲਈ ਹੁੰਦਾ ਜਦੋਂ ਤੁਸੀਂ ਉਹਨੂੰ ਦੂਜੇ ਪਾਸੇ ਘੁੰਮਾਉਂਦੇ ਹੋ। ਜਦੋਂ ਤੁਹਾਨੂੰ ਬੀ ਟ੍ਰੇਨ ਦਾ ਇੱਦਾਂ ਵੀ, ਜਦੋਂ ਤੁਹਾਨੂੰ ਟ੍ਰੇਲਰ ਰਾਈਟ ਮਿਰਰ 'ਚੋਂ ਨਹੀਂ ਦਿਸ ਰਿਹਾ ਤਾਂ ਲੈਫਟ ਦਿਸੂਗਾ, ਇੱਦਾਂ ਹੀ ਇਹਦੇ 'ਚ ਆ ਠੀਕ ਆ। ਸੇਮ ਇਹਨਾਂ ਦਾ ਕੰਸੈਪਟ ਆ ਬਾਈ, ਆਸਾਨ ਆ, ਕੋਈ ਚੱਕਰ ਵਾਲੀ ਗੱਲ ਨਹੀਂ, ਜਦੋਂ ਤੁਸੀਂ ਕਰਦੇ ਹੋ ਉਹ ਸਿੱਖ ਲੈਂਦਾ ਬੰਦਾ। ਬਾਕੀ ਬਾਹਰ ਆ ਸੈਮੀ ਦੇ ਵੀ ਆਪਸ਼ਨ ਹੈਗੇ ਆ ਇੱਥੇ ਨਿਊਜ਼ੀਲੈਂਡ 'ਚ, ਜੇ ਤੁਸੀਂ ਸੈਮੀ ਚਲਾਉਣਾ, ਸੈਮੀ ਵਾਲਾ ਰਿਵਰਸ ਕਰਨਾ ਆਸਾਨ ਆ, ਉਹਨੂੰ ਕੋਈ ਵੀ ਰਿਵਰਸ ਕਰ ਸਕਦਾ, ਕੋਈ ਚੱਕਰ ਨਹੀਂ। ਉਹ ਤਾਂ 2 ਘੰਟੇ ਤੁਹਾਡਾ ਹੱਥ ਖੁੱਲ੍ਹ ਜਾਣਾ ਵਧੀਆ, ਬਸ ਤੁਹਾਡਾ ਬ੍ਰੇਨ ਸੈੱਟ ਚਾਹੀਦਾ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਨਹੀਂ ਹੈ ਨਾ। ਜੇ ਤੁਸੀਂ ਸੋਚੋਗੇ ਵੀ ਨਹੀਂ ਮੇਰੇ ਤੋਂ ਨਹੀਂ ਹੋਣਾ, ਫਿਰ ਉਹ ਹੋਣਾ ਨਹੀਂ ਬਾਈ, ਫਿਰ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਿਓ, ਫਿਰ ਨਹੀਂ ਹੋਣਾ ਤੁਹਾਡੇ ਤੋਂ। ਬਟ ਜੇ ਤੁਸੀਂ ਸੋਚਦੇ ਵੀ ਹਾਂ ਮੈਂ ਕਰ ਸਕਦਾ ਹਾਂ, ਉਹ ਹੋ ਜਾਣਾ ਆ। ਇਹ ਸਾਰੀ ਗੱਲ ਆ ਮਾਇੰਡ ਸੈੱਟ ਦੀ ਆ। ਹੁਣ ਇੱਦਾਂ ਹੀ ਮੈਂ ਵੀ ਇੱਦਾਂ ਹੀ ਸਿੱਖਿਆ ਵੀ ਮੈਨੂੰ ਕੋਈ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਜੇ, ਮੈਨੂੰ 3-4 ਮਹੀਨੇ ਹੋਏ ਆ ਕਲਾਸ 5 ਦਾ ਟਰੱਕ ਚਲਾਉਂਦੇ ਨੂੰ, ਯਾਨੀ ਕਿ ਉਸ ਤੋਂ ਪਹਿਲਾਂ ਵੀ ਮੈਂ ਚਲਾਉਂਦਾ ਸੀ, ਬਟ ਉਸ ਤੋਂ ਪਹਿਲਾਂ ਸੀਗਾ ਇੱਦਾਂ ਔਨ ਐਂਡ ਆਫ, ਕਦੇ ਕਲਾਸ 4 ਕਦੇ 5 ਕਦੇ 4 ਕਦੇ। ਬਟ ਜਿਹੜਾ ਫੁੱਲ ਟਾਈਮ ਆ ਵੀ ਤੁਸੀਂ ਕਹਿ ਲਓ ਵੀ ਫੁੱਲ ਟਾਈਮ ਮੈਂ ਕਲਾਸ 5 ਚਲਾਉਣਾ, ਉਹ ਮੈਨੂੰ ਹਜੇ 3-4 ਮਹੀਨੇ ਹੋਏ, ਵੀ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਮੈਨੂੰ। ਬਟ ਮੈਂ ਸਿੱਖੀ ਜਾਂਦਾ, ਮੈਂ ਵੀ ਐਵਰੀਡੇ ਰੋਜ਼ ਬੰਦਾ ਨਵੀਂ ਚੀਜ਼ ਸਿੱਖਦਾ ਬਾਈ, ਰੋਜ਼ ਕੋਈ ਚੱਕਰ ਵਾਲੀ ਗੱਲ ਨਹੀਂ। ਵੈਸੇ ਮੇਰਾ ਟਰੱਕ ਜਿਹੜਾ ਆ ਮੈਨੂਅਲ ਆ, 18 ਸਪੀਡ ਰੋਡ ਰੇਂਜਰ ਆ। ਅਗਲੀ ਵੀਡੀਓ ਮੈਂ ਜਿਹੜੀ ਆ ਉਹ ਇਹਦੇ 'ਤੇ ਬਣਾਊਂਗਾ ਵੀ ਉਹ ਕਿੱਦਾਂ ਚਲਾਈਦਾ ਆ, ਅਤੇ ਉਹ ਵੀ ਚੀਜ਼ ਵਧੀਆ ਸਿੱਖਣ ਨੂੰ ਬਾਈ।
ਬਾਹਰਲੇ ਮੁਲਕਾਂ 'ਚ, ਯਾਨੀ ਕਿ ਚਲੋ ਇੰਡੀਆ 'ਚ ਤਾਂ ਨਹੀਂ ਹੈਗੀ ਉਹ ਟਰਾਂਸਮਿਸ਼ਨ ਮੇਰੇ ਹਿਸਾਬ ਨਾਲ, ਬਟ ਬਾਹਰਲੇ ਮੁਲਕਾਂ 'ਚ ਤਕਰੀਬਨ ਹਰ ਇੱਕ ਕੰਟਰੀ 'ਚ ਹੈਗਾ 18 ਸਪੀਡ ਰੋਡ ਰੇਂਜਰ, ਅਤੇ ਉਹਦੀ ਮੈਂ ਨੈਕਸਟ ਵੀਡੀਓ ਬਣਾਊਂਗਾ। ਅਤੇ ਹੁਣ ਬਾਈ ਜੇ ਇਹ ਵੀਡੀਓ ਵਧੀਆ ਲੱਗੀ ਤੁਹਾਨੂੰ ਲਾਈਕ ਕਰ ਦਿਓ, ਚੈਨਲ ਕਰ ਲਿਓ ਸਬਸਕ੍ਰਾਈਬ, ਮਿਲਦਾ ਤੁਹਾਨੂੰ ਨੈਕਸਟ ਵੀਡੀਓ 'ਚ। ਚੀਅਰਸ।